ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 1311, 38 ਲੋਕਾਂ ਦੀ ਮੌਤ, 106 ਨਵੇਂ ਮਾਮਲੇ ਆਏ ਸਾਹਮਣੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਦੇ ਨਾਮ ਵੀਡੀਓ ਕੀਤੀ ਜਾਰੀ, ਲੋਕਾਂ ਨੂੰ ਕੀਤੀ ਅਪੀਲ, ਕਿਹਾ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਸਰਕਾਰ ਦਾ ਸਾਥ ਦੇਣ ਤੇ ਘਰੋਂ ਨਾ ਨਿਕਲਣ। ਕੋਰੋਨਾ ਵਾਇਰਸ ਨਾਲ ਪਿੰਡ ਮੋਰਾਵਾਲੀ ਦੇ ਹਰਭਜਨ ਸਿੰਘ ਦੀ ਮੌਤ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਨੂੰ ਸੀਲ ਕਰਕੇ ਲਾਇਆ ਪੁਲਿਸ ਦਾ ਪਹਿਰਾ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕੋਵਿਡ 19 ਦੇ 200 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 1311 ਹੋ ਗਈ ਹੈ ਅਤੇ 11 ਮਰੀਜ਼ਾਂ ਦੀ ਮੌਤ ਹੋ ਜਾਣ ਦੇ ਨਾਲ ਇਸ ਵਾਇਰਸ ਦੀ ਚਪੇਟ ਵਿਚ ਆ ਕੇ ਮਰਨ ਵਾਲਿਆਂ ਦਾ ਅੰਕੜਾ 38 ਤੱਕ ਪਹੁੰਚ ਗਿਆ ਹੈ। ਕੋਰੋਨਾ ਵਾਇਰਸ ਦੇ ਕੱਲ 106 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 6 ਮਰੀਜ਼ਾਂ ਦੀ ਮੌਤ ਹੋਈ ਸੀ, ਜਿਸ ਤੋਂ ਲੱਗਦਾ ਹੈ ਕਿ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਸਖਤੀ ਨਾਲ ਪਾਲਣ ਕਰਨ ਤੇ ਵੀ ਕੁਝ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ। ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 99 ਮਰੀਜ਼ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਦੇ ਨਾਮ ਵੀਡੀਓ ਜਾਰੀ ਕੀਤੀ ਹੈ, ਜਿਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਸਰਕਾਰ ਦਾ ਸਾਥ ਦੇਣ ਅਤੇ ਘਰੋਂ ਨਾ ਨਿਕਲਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਸਿਹਤ ਵਿਭਾਗ ਦੇ ਵੱਲੋਂ ਜਿਹੜੀਆਂ ਧਿਆਨਯੋਗ ਗੱਲਾਂ ਨੇ ਉਨ੍ਹਾਂ ਨੂੰ ਗੌਰ ਕਰਨ ਲਈ ਕਿਹਾ ਗਿਆ ਏ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਛੱਡ ਕੇ ਨਾ ਜਾਣ। ਇਸ ਕਰਕੇ ਸਾਨੂੰ ਕਦਮ ਚੱਕਣੇ ਪਏ, ਜਿਹਦੇ ਨਾਲ ਤੁਸੀਂ ਵੀ ਕੁਟਮਾ ਮਹਿਸੂਸ ਕਰਦੇ ਹੋਣੇ ਹੋ, ਘਰਾਂ 'ਚ ਬੈਠੇ ਹੋ, ਬਾਹਰ ਜਾਣ ਦੀ ਤੁਹਾਨੂੰ ਇਜਾਜ਼ਤ ਨਹੀਂ, ਲੇਕਿਨ ਇਹਦੀ ਲੋੜ ਸੀ ਕਿਉਂਕਿ ਜਦੋਂ ਤੁਸੀਂ ਮਿਲਦੇ ਹੋ ਜਾ ਬਾਹਰ ਜਾ ਕੇ ਕਿਸੇ ਨੂੰ, ਉੱਥੋਂ ਬਿਮਾਰੀ ਤੁਹਾਨੂੰ ਲੱਗ ਜਾਂਦੀ ਹੈ। ਔਰ ਮੈਂ ਨਹੀਂ ਚਾਹੁੰਦਾ ਸੀ ਕਿ ਸਾਡਾ ਪੰਜਾਬ ਉਹ ਇਹਦਾ ਬਣੇ ਮੁਲਕ ਜੈਸੇ ਹੁਣ ਅੱਜ ਵਿਦੇਸ਼ਾਂ ਦੇ ਵਿੱਚ ਮੁਲਕ ਬਣੇ ਹੋਏ ਨੇ। ਤੋ ਇਸ ਕਰਕੇ ਅਸੀਂ ਇਹ ਪਹਿਲਾਂ ਤਾਂ ਲੋਕਡਾਊਨ ਕੀਤਾ, ਇਹ ਮੋਦੀ ਸਾਹਿਬ ਨੇ ਵੀ ਕੀਤਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ, ਔਰ ਅਸੀਂ ਵੀ ਉਹ ਲੋਕਡਾਊਨ ਕੀਤਾ, ਔਰ ਨਾਲ ਦੀ ਨਾਲ ਅਸੀਂ ਇਹਦੇ 'ਤੇ ਅਸੀਂ ਕਰਫਿਊ ਵੀ ਲਾਤੀ ਕਿ ਬਿਲਕੁਲ ਇਹ ਪੱਕੀ ਤਰ੍ਹਾਂ ਇਹ ਕੀਤਾ ਜਾਵੇ ਤਾਂ ਕਿ ਗੱਲ ਨਹੀਂ ਫੈਲਣੀ ਚਾਹੀਦੀ। ਹੁਣ ਸਾਡੇ 39 ਕੇਸ ਨੇ ਪੰਜਾਬ 'ਚ, 3 ਲੋਕ ਨੇ ਜਿਹੜੇ ਬਾਹਰੋਂ ਆਏ ਨੇ ਵਿਦੇਸ਼ਾਂ ਤੋਂ, ਔਰ ਜੇ ਚੌਥਾ ਜਿਹੜਾ ਬਾਹਰ ਗਿਆ ਹੀ ਨਹੀਂ, ਇੱਥੋਂ ਹੀ ਕਿਸੇ ਤੋਂ ਜਿਹੜਾ ਕੋਈ ਵਿਦੇਸ਼ ਤੋਂ ਆਇਆ ਉਹਨੂੰ ਮਿਲ ਕੇ ਇਹ ਬਿਮਾਰੀ ਉਸ ਤੋਂ ਲੱਗੀ ਹੈ। ਇਹੀ ਕੰਮ ਅਸੀਂ ਰੋਕਣਾ ਚਾਹੁੰਦੇ ਸੀ ਕਿ ਜਿਹੜੇ ਬਾਹਰੋਂ ਆਏ ਨੇ ਔਰ ਜਿਹੜੀ ਇਹ ਬਿਮਾਰੀ ਲਿਆਉਂਦੇ ਨੇ ਉਹ ਸਾਡੇ ਉਰੇ ਦੇ ਲੋਕਾਂ ਨੂੰ ਨਾ ਦੇਣ। ਹੁਣ ਇਹ ਲੱਗੀ ਹੋਈ ਹੈ, ਅਸੀਂ ਪਤਾ ਕਰ ਰਹੇ ਹਾਂ, ਲੇਕਿਨ ਤੁਸੀਂ ਵੀ ਹੁਣ ਆਪਣਾ ਥੋੜ੍ਹਾ ਜਿੰਨਾ ਰਸੂਖ ਹੈ ਤੁਹਾਡਾ ਆਪਣੇ ਘਰਾਂ 'ਚ ਬੱਚਿਆਂ ਨਾਲ ਸਾਰਿਆਂ ਨਾਲ ਤੁਸੀਂ ਇਹ ਗੱਲ ਇਹ ਆਪਣਾ ਉਹਨਾਂ ਨਾਲ ਕਰੋ, ਉਹਨਾਂ ਨੂੰ ਸਮਝਾਓ ਕਿ ਬਾਹਰ ਜਾਣ ਦੀ ਕੋਈ ਲੋੜ ਨਹੀਂ, ਅੰਦਰ ਰਹੋ ਔਰ ਸੁਖੀ ਰਹੋ ਤਾਂ ਆਪਾਂ ਪੰਜਾਬ ਨੂੰ ਇਸ ਕੰਮ ਤੋਂ ਬਚਾਈਏ। ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਉਹਨਾਂ ਮੇਰੇ ਵੀਰ ਜਿਹੜੇ ਬਾਹਰੋਂ ਆਏ ਨੇ, ਬਾਹਰੇ ਸੂਬਾ ਤੋਂ ਆਏ ਨੇ, ਬਿਹਾਰੋਂ ਆਇਆ ਕੋਈ, ਝਾਰਖੰਡ ਤੋਂ ਆਇਆ ਕੋਈ, ਛੱਤੀਸਗੜ੍ਹ ਤੋਂ ਆਇਆ, ਜੋ ਇੱਥੇ ਫੈਕਟਰੀਆਂ 'ਚ ਔਰ ਹੋਰ ਕੰਮਕਾਰਾਂ ਦੇ ਵਿੱਚ ਲੱਗੇ ਹੋਏ ਨੇ, ਭੱਠਿਆਂ ਦੇ ਵਿੱਚ ਲੱਗੇ ਹੋਏ ਨੇ, ਤੁਸੀਂ ਮੇਰੇ ਵੀਰੋ ਤੁਸੀਂ ਵਾਪਸ ਨਾ ਜਾਓ, ਇਹ ਤੁਹਾਡਾ ਘਰ ਹੈ ਪੰਜਾਬ, ਅਸੀਂ ਤੁਹਾਡਾ ਧਿਆਨ ਰੱਖਾਂਗੇ। ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ ਏ। ਹਰ ਰੋਜ਼ ਪੂਰੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਨੇ। ਜੇਕਰ ਗੱਲ ਯੂਕੇ ਦੀ ਕੀਤੀ ਜਾਵੇ ਤਾਂ ਯੂਕੇ ਤੋਂ ਇਕ ਵੱਡੀ ਖ਼ਬਰ ਨੇ ਦਸਤਕ ਦਿੱਤੀ ਹੈ। ਇੱਥੇ ਇਕ ਭਾਰਤੀ ਪਿਓ ਧੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਦਿਸਾਂ ਦੀ ਰਿਪੋਰਟ ਦੇ ਮੁਤਾਬਕ 61 ਸਾਲਾ ਸੁਧੀਰ ਸ਼ਰਮਾ ਹੀਥਰੋ ਇਮੀਗ੍ਰੇਸ਼ਨ ਵਿਚ ਫਰੰਟ ਲਾਈਨ ਅਧਿਕਾਰੀ ਸਨ ਅਤੇ ਉਨ੍ਹਾਂ ਦੀ ਮੌਤ ਬੁੱਧਵਾਰ ਨੂੰ ਹੋਈ ਸੀ, ਜਦੋਂ ਕਿ ਵੀਰਵਾਰ ਨੂੰ ਉਨ੍ਹਾਂ ਦੀ 33 ਸਾਲਾਂ ਦੀ ਧੀ ਪੂਜਾ ਨੇ ਵੀ ਇਸ ਨਾਮੁਰਾਦ ਬਿਮਾਰੀ ਦੀ ਮਾਰ ਨੂੰ ਨਾ ਚਲਦੇ ਹੋਏ ਆਪਣਾ ਦਮ ਤੋੜ ਦਿੱਤਾ। ਪੂਜਾ ਸ਼ਰਮਾ ਇਕ ਫਾਰਮਾਸਿਸਟ ਸੀ। ਇਹ ਪਰਿਵਾਰ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਰਹਿਣ ਵਾਲਾ ਸੀ। ਇਨ੍ਹਾਂ ਪਿਓਤੀ ਦੀ ਹੋਈ ਮੌਤ ਦੇ ਨਾਲ ਭਾਦਸੋਂ ਦੇ ਵਿਚ ਸੋਗ ਦੀ ਲਹਿਰ ਹੈ। ਇਸ ਮੌਕੇ ਤੇ ਸ਼ਹਿਰ ਨਿਵਾਸੀ ਹਰਚੰਦ ਸਿੰਘ ਅਤੇ ਬਬਲੂ ਸ਼ਰਮਾ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਮਿਲਣਸਾਰ ਪਰਿਵਾਰਾਂ ਵਿਚੋਂ ਸੀ ਅਤੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਿਓਤੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ। ਇਹ ਪਰਿਵਾਰ ਜ਼ਿਆਦਾਤਰ ਬਾਹਰੇ ਸੀ, ਉਰੇ ਤਾਂ ਮਿਲਣ ਮਿਲਣ ਵਾਸਤੇ ਆਉਂਦੇ ਅਤੇ ਹਫ਼ਤਾ ਰਹਿੰਦੇ ਅਤੇ 10 ਦਿਨ ਰਹਿੰਦੇ, ਕਈ ਵਾਰੀ ਮਹੀਨਾ ਵੀ ਨਾਲ ਆ ਜਾਂਦੇ ਤੇ। ਹਾਂਜੀ। ਅਤੇ ਬਹੁਤ ਹੀ ਮਿਲਣਸਾਰ ਬੰਦਾ ਤੇ। ਹਾਂਜੀ। ਇਹਦੇ ਵਿੱਚ ਇਹਦੇ ਪਰਿਵਾਰ ਦੇ ਵਿੱਚ ਇੱਕ ਇਹਦੀ ਵਾਈਫ ਸੀ, ਹਾਂਜੀ, ਇੱਕ ਬੇਟੀ ਸੀ, ਇੱਕ ਬੇਟਾ ਸੀ। ਕਈ ਵਾਰੀ ਵਿਚਾਰੇ ਇਕੱਠੇ ਆ ਜਾਂਦੇ ਤੇ, ਕਈ ਵਾਰੀ ਅਲੱਗ ਅਲੱਗ ਆਉਂਦੇ ਹੁੰਦੇ ਤੇ। ਹਾਂਜੀ। ਪਰ ਇਹਨਾਂ ਦਾ ਸੁਭਾਅ ਸੀ ਜਿਹੜਾ
ਬਹੁਤ ਹੀ ਜ਼ਿਆਦਾ ਵਧੀਆ ਸੀ, ਬਹੁਤ ਹੀ ਵਧੀਆ ਮਿਲਣਸਾਰ ਬੰਦਾ ਸੀ ਇਹ। ਹਾਂਜੀ, ਸਾਨੂੰ ਇਹ ਗੱਲ ਸੁਣ ਕੇ ਜਦੋਂ ਨਿਊਜ਼ 'ਚ ਅਸੀਂ ਪਤਾ ਲੱਗਿਆ, ਬੜਾ ਦੁੱਖ ਹੋਇਆ ਜੀ। ਹਾਂਜੀ, ਬਹੁਤ ਭਾਰੀ ਦੁੱਖ ਲੱਗਿਆ, ਬੜਾ ਸਦਮਾ ਲੱਗਿਆ ਵੀ ਇਹੋ ਜਿਹੇ ਬੰਦੇ ਨਾਲ ਇਹ ਘਟਨਾ ਕਿਉਂ ਵਾਪਰੀ। ਪਿੰਡ ਮੋਰਾਵਾਲੀ ਦੇ ਹਰਭਜਨ ਸਿੰਘ ਦੀ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦੇ ਨਾਲ ਹੋਈ ਮੌਤ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋਵਾਂ ਪਿੰਡਾਂ ਨੂੰ ਸੀਲ ਕਰਕੇ ਪਿੰਡਾਂ ਦੇ ਸਾਰੇ ਰਸਤਿਆਂ ਅਤੇ ਪੁਲਿਸ ਦਾ ਪਹਿਰਾ ਬਿਠਾ ਕੇ ਇਨ੍ਹਾਂ ਪਿੰਡਾਂ ਵਿਚ ਕਿਸੇ ਦਾ ਵੀ ਆਉਣਾ ਜਾਣਾ ਮਨਾ ਕਰ ਦਿੱਤਾ ਏ। ਸਿਹਤ ਮਹਿਕਮੇ ਨੇ ਪਿੰਡ ਭੁੰਨੋ ਦੇ ਅਤੇ ਹੱਲੂਵਾਲ ਦੇ ਦੋਵਾਂ ਪਰਿਵਾਰਾਂ ਦੇ ਘਰਾਂ ਦੇ ਬਾਹਰ ਨੋਟਿਸ ਲਾ ਕੇ ਉਨ੍ਹਾਂ ਨੂੰ ਏਕਾਂਤ ਵਿਚ ਰੱਖਿਆ ਹੋਇਆ ਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੁੰਨੋ ਦੇ ਸਰਪੰਚ ਪਰਮਜੀਤ ਸਿੰਘ ਅਤੇ ਹੱਲੂਵਾਲ ਦੇ ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਹਤਿਆਤ ਵਰਤਦੇ ਹੋਏ ਪਿੰਡਾਂ ਨੂੰ ਸੀਲ ਤਾਂ ਕਰ ਦਿੱਤਾ, ਪਰੰਤੂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਹਤ ਵਿਭਾਗ ਨੇ ਉਨ੍ਹਾਂ ਦੇ ਪਿੰਡ ਵਿਚ ਝਾਤ ਨਹੀਂ ਮਾਰੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਗਰੀਬ ਪਰਿਵਾਰਾਂ ਕੋਲ ਰਾਸ਼ਨ ਨਹੀਂ ਹੈ। ਕੋਰੋਨਾ ਵਾਇਰਸ ਦੇ ਕਾਰਨ ਕਾਰੋਬਾਰ ਬੰਦ ਹੋਣ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਜਿੱਥੇ ਵੱਡੀ ਮਾਰ ਪੈ ਰਹੀ ਹੈ ਉੱਥੇ ਉਨ੍ਹਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਏ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਵਿਚ ਉਸ ਵੇਲੇ ਸਾਹਮਣੇ ਆਇਆ ਜਦੋਂ ਕਾਰੋਬਾਰ ਬੰਦ ਹੋਣ ਦੇ ਕਾਰਨ ਵਿਹਲੇ ਹੋਏ ਪ੍ਰਵਾਸੀ ਮਜ਼ਦੂਰ ਯੂਪੀ ਵੱਲ ਪੈਦਲ ਹੀ ਤੁਰ ਪਏ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਪਿਛਲੇ 6 ਦਿਨਾਂ ਤੋਂ ਉਨ੍ਹਾਂ ਦਾ ਕਾਰੋਬਾਰ ਬੰਦ ਹੋਣ ਦੇ ਕਾਰਨ ਉਨ੍ਹਾਂ ਦੇ ਕੋਲ ਕੋਈ ਵੀ ਸਹੂਲਤ ਨਹੀਂ ਹੈ ਅਤੇ ਉਹ ਆਪਣੇ ਸ਼ਹਿਰ ਯੂਪੀ ਵੱਲ ਨੂੰ ਰਵਾਨਾ ਹੋ ਰਹੇ ਨੇ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬਠਿੰਡਾ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਕਰਫਿਊ ਦੌਰਾਨ ਲੋਕਾਂ ਨੂੰ ਅਹਿਮ ਸਹੂਲਤਾਂ ਡੋਰ ਟੂ ਡੋਰ ਦਿੱਤੀਆਂ ਜਾਣਗੀਆਂ। ਜਿਸ ਦਿਨ ਦਾ ਲਾਕਡਾਊਨ ਹੋਇਆ ਉਸ ਦਿਨ ਸਾਡੀ ਕੋਸ਼ਿਸ਼ ਹੈ ਕਿ ਮੁਹੱਲੇ ਮੁਹੱਲੇ ਗਲੀ ਗਲੀ ਦੇ ਵਿੱਚ ਐਸੈਂਸ਼ੀਅਲ ਆਈਟਮਸ ਦੀ ਸਪਲਾਈ ਪ੍ਰੋਵਾਈਡ ਕੀਤੀ ਜਾਵੇ, ਜਿਸ ਦੇ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕਰਕੇ ਹਰ ਜਗ੍ਹਾ 'ਤੇ ਦੁੱਧ ਦੀ ਸਪਲਾਈ, ਸਬਜ਼ੀਆਂ ਦੀ, ਫਰੂਟ ਦੀ ਸਪਲਾਈ ਆਲਰੇਡੀ ਪ੍ਰੋਵਾਈਡ ਕੀਤੀ ਗਈ ਹੈ ਅਤੇ ਮੈਡੀਸਨਸ ਆਲਰੇਡੀ ਹਰੇਕ ਜਗ੍ਹਾ ਜਾ ਰਹੀਆਂ ਨੇ। ਅਗਰ ਸਿਮਿਲਰਲੀ ਜਿਹੜਾ ਡਰਾਈ ਰਾਸ਼ਨ ਹੈ, ਆਟਾ, ਦਾਲ, ਚੌਲ, ਉਸ ਦੇ ਲਈ ਪਹਿਲਾਂ ਅਸੀਂ ਔਰਗਨਾਈਜ਼ਡ ਰਿਟੇਲ ਨਾਲ, ਜਦੋਂ ਸ਼ੁਰੂ ਦੇ ਵਿੱਚ ਉਹਨਾਂ ਕੋਲ ਸਟੋਕ ਸੀਗੇ ਤਾਂ ਔਰਗਨਾਈਜ਼ਡ ਰਿਟੇਲ ਦੇ ਨਾਲ ਅਸੀਂ ਟਾਈਅਪ ਕੀਤਾ ਸੀ, ਉਹਨਾਂ ਦੇ ਰਾਹੀਂ ਉਹਨਾਂ ਦੀਆਂ ਗੱਡੀਆਂ ਡੋਰ ਟੂ ਡੋਰ ਜਾਂਦੀਆਂ ਸੀਗੀਆਂ ਅਤੇ ਸਪਲਾਈ ਕਰਨ ਲਈ, ਹੁਣ ਵੀ ਜਾ ਰਹੀਆਂ ਨੇ। ਉਸ ਦੇ ਵਿੱਚ ਰਿਲਾਇੰਸ ਵੀ ਹੈ, ਈਜ਼ੀ ਡੇ ਵੀ ਹੈ, ਮੋਰ ਸਟੋਰ ਵੀ ਹੈ ਅਤੇ ਹੋਰ ਵੱਡੇ ਜਿਹੜੇ ਸਟੋਰਸ ਨੇ ਉਹ ਵੀ ਹੈਗੇ ਆ। ਉਸ ਤੋਂ ਇਲਾਵਾ ਜਿਹੜੀਆਂ ਰਿਟੇਲ ਸ਼ੋਪਸ ਨੇ, ਰਿਟੇਲ ਸ਼ੋਪਸ ਨੂੰ ਵੀ ਅਸੀਂ ਹੋਮ ਔਨਲਾਈਨ ਫੋਨ 'ਤੇ ਔਡਰ ਲੈ ਕੇ ਅਤੇ ਹੋਮ ਡਿਲੀਵਰੀ ਕਰਨ ਦੀਆਂ ਉਹ ਦਿੱਤੀ ਹੈ, ਖੋਲੀਆਂ ਨੇ ਉਸ ਦੇ ਲਈ ਵੀ ਸਾਰੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਦਿੱਲੀ ਕਮੇਟੀ ਦੇ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਅਗਵਾਈ ਵਿਚ ਕਮੇਟੀ ਆਗੂਆਂ ਨੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਟੈਕਨਾਲੋਜੀ ਰਾਜੌਰੀ ਗਾਰਡਨ ਵਿਖੇ ਲੰਗਰ ਤਿਆਰ ਕੀਤਾ ਜੋ ਲੋੜਵੰਦਾਂ ਨੂੰ ਵਰਤਾਇਆ ਜਾ ਰਿਹਾ ਏ। ਜਸਪ੍ਰੀਤ ਸਿੰਘ ਵਿੱਕੀ ਮਾਨ ਨੇ ਕਿਹਾ ਕਿ ਜਦ ਤੱਕ ਲੋੜ ਹੋਵੇਗੀ ਤਦ ਤੱਕ ਸਿੱਖਾਂ ਵੱਲੋਂ ਲੰਗਰ ਦੀ ਸੇਵਾ ਜਾਰੀ ਰਹੇਗੀ। ਇਹ ਜਿਹੜੀ ਕਰੋਨਾ ਦੀ ਮਹਾਂਬਿਮਾਰੀ ਸੰਸਾਰ ਭਰ ਦੇ ਵਿੱਚ ਜਿਹਨੇ ਕਿ ਇੱਕ ਬਹੁਤ ਹੀ ਵੱਡਾ ਭਿਆਨਕ ਰੂਪ ਧਾਰਿਆ ਹੋਇਆ, ਤੁਸੀਂ ਦੇਖ ਰਹੇ ਹੋ ਜਿੱਥੇ ਕਿ ਲੋਕਾਂ ਨੂੰ ਰਾਸ਼ਨ ਨਹੀਂ ਪਹੁੰਚ ਰਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਅਤੇ ਜਨਰਲ ਸੈਕਟਰੀ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਜੋ ਸਾਨੂੰ ਨਿਰਦੇਸ਼ ਦਿੱਤੇ ਸੀ, ਉਸ ਦੇ ਤਹਿਤ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਟੈਕਨੋਲੋਜੀ ਰਜੌਰੀ ਗਾਰਡਨ ਵਿਖੇ ਕਰੀਬਨ 20,000 ਬੰਦੇ ਦਾ ਰੋਜ਼ ਲੰਗਰ ਤਿਆਰ ਹੋ ਰਿਹਾ, ਜਿਹੜਾ ਕਿ ਪੂਰੀ ਵੈਸਟ ਦਿੱਲੀ ਦੇ ਵਿੱਚ ਵਰਤਾਇਆ ਜਾ ਰਿਹਾ। ਪੁਲਿਸ ਪ੍ਰਸ਼ਾਸਨ, ਦਿੱਲੀ ਸਰਕਾਰ ਦੇ ਜਿਹੜੇ ਬੰਦੇ, ਤਹਿਸੀਲਦਾਰ ਸਾਹਿਬ, ਹੋਰ ਜਿਹੜੇ ਵੀ ਸਾਡੇ ਕੋਲੋਂ ਡਿਮਾਂਡ ਕਰ ਰਹੇ, ਅਸੀਂ ਉਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਹਾਂ, ਲੰਗਰ ਤਿਆਰ ਕਰਕੇ ਪਹੁੰਚਾ ਰਹੇ ਹਾਂ, ਤਾਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੀਆਂ ਸੜਕਾਂ ਦੇ ਉੱਤੇ ਕੋਈ ਸਾਡਾ ਦਿਹਾੜੀਦਾਰ ਮਜ਼ਦੂਰ, ਕੋਈ ਗਰੀਬ ਗੁਰਬਾ ਰੋਟੀ ਖਾਧੇ ਬਿਨਾਂ, ਲੰਗਰ ਛਕੇ ਬਿਨਾਂ ਨਾ ਸੋਏ। ਇਹਦਾ ਅਥਕ ਪ੍ਰਯਾਸ ਜਿਹੜੇ ਨੇ ਨਿਰੰਤਰ ਜਾਰੀ ਹੈ। 20 ਰੁਪਏ ਦਾ ਜਿਹੜਾ ਲੰਗਰ ਗੁਰੂ ਨਾਨਕ ਦੇਵ ਮਹਾਰਾਜ ਨੇ 550 ਸਾਲ ਪਹਿਲੇ ਚਾਲੂ ਕੀਤਾ ਸੀ, ਚਲਾਇਆ ਸੀ, ਉਹੀ ਪ੍ਰਥਾ ਨਿਰੰਤਰ ਚੱਲਦੀ ਹੋਈ ਅੱਜ ਤੁਸੀਂ ਦੇਖ ਰਹੇ ਹੋ। ਸਿੱਖ ਜਿਹੜੇ ਨੇ ਸਾਰੇ ਭੇਦਭਾਵ ਦੂਰ ਕਰਕੇ ਇਕਜੁੱਟ ਹੋ ਕੇ ਬਹੁਤ ਹੀ ਵੱਡੇ ਪੱਧਰ 'ਤੇ ਉਹਨਾਂ ਨੇ ਪੂਰੀ ਦਿੱਲੀ 'ਚ ਕੀ ਪੂਰੇ ਸੰਸਾਰ 'ਚ ਲੰਗਰ ਚਾਲੂ ਕੀਤੇ ਹੋਏ ਨੇ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿੰਨੇ ਵੀਰ ਇਸ ਲੰਗਰ ਦੇ ਇਸ ਟਾਈਮ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ ਵੱਲੋਂ ਬਲਜੀਤ ਨਗਰ ਦਿੱਲੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ NGO ਦੇ ਸਹਿਯੋਗ ਦੇ ਨਾਲ ਸੁੱਕਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਤੇ ਹੋਰ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਬਲਜੀਤ ਨਗਰ, ਪ੍ਰੇਮ ਨਗਰ, ਪਟੇਲ ਨਗਰ, ਸ਼ਾਦੀ ਬੁੱਢੀ ਪੂ, ਪਾਂਡਵ ਨਗਰ, ਨਿਊ ਪਟੇਲ ਨਗਰ ਦੀ ਜਿਹੜੀਆਂ ਸੰਗਤਾਂ, ਜਿਹੜੇ ਲੋੜਵੰਦ ਪਰਿਵਾਰ ਨੇ, 200 ਪਰਿਵਾਰਾਂ ਨੂੰ ਅਸੀਂ ਅੱਜ ਅਸੀਂ ਰਾਸ਼ਨ ਦੇ ਰਹੇ ਹਾਂ, ਜਿਹਦੇ ਵਿੱਚ ਅਸੀਂ 10 ਕਿਲੋ ਆਟਾ, 2 ਕਿਲੋ ਚੀਨੀ, 1 ਕਿਲੋ ਦਾਲ, 250 ਗ੍ਰਾਮ ਚਾਹ ਦੀ ਪੱਤੀ ਦੀ ਸੇਵਾ ਨਿਭਾ ਰਹੇ ਹਾਂ। ਮੈਂ ਧੰਨਵਾਦ ਕਰਦਾ ਜਿਹੜੀ ਜਿਹੜੀ ਸੰਸਥਾ ਨੇ ਸਾਡੇ ਵਿੱਚ ਯੋਗਦਾਨ ਪਾਇਆ, ਖਾਸ ਕਰਕੇ ਬੇਬੇ ਨਾਨਕੀ ਐਨ ਜੀ ਓ, ਬੀਬੀ ਅੰਮ੍ਰਿਤਾ ਕੌਰ ਜੀ, ਸੋਨੀਆ ਸਾਨੀ ਜੀ, ਨੀਰੂ ਚਲਾਨਾ ਜੀ, ਔਰ ਯੂਥ ਸਿੱਖ ਔਰਗਨਾਈਜੇਸ਼ਨ ਜਿਹੜੀ ਪਟਿਆਲੇ ਤੋਂ ਡਾਕਟਰ ਪ੍ਰਬਲੀਨ ਜੀ, ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੀ ਧੰਨਵਾਦ ਕਰਦਾ, ਔਰ ਖਾਸ ਤੌਰ 'ਤੇ ਮੈਂ ਸ਼੍ਰੀ ਗੁਰੂ ਸਿੰਘ ਸਭਾ ਬਲਜੀਤ ਨਗਰ ਧੰਨਵਾਦ ਕਰਦਾ, ਜਿਹੜਾ ਕਿ ਇਸ ਲੰਗਰ ਨੂੰ ਵਰਤਾਨ ਦੇ ਵਿੱਚ, ਜਿਹੜਾ ਅਸੀਂ ਰਾਸ਼ਨ ਲੈ ਕੇ ਇਹਨੂੰ ਵਰਤਾਨ ਦੇ ਵਿੱਚ ਸਾਡਾ ਸਹਿਯੋਗ ਕਰ ਰਿਹਾ, ਇਹਨਾਂ ਦੇ ਪ੍ਰਧਾਨ ਸਰਦਾਰ ਇੰਦਰ ਮੋਹਨ ਸੈਣੀ ਵੀਰ ਜੀ, ਕਾਲੀ ਵੀਰ ਜੀ ਅਤੇ ਹੋਰ ਜਿਹੜੇ ਇੱਥੇ ਪ੍ਰਬੰਧਕ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ, ਇਸ ਨੂੰ ਲੈ ਕੇ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ, ਪੰਜਾਬ ਵਿੱਚ ਬਕਾਇਦਾ ਕਰਫਿਊ ਲਾਇਆ ਗਿਆ ਹੈ। ਇਸ ਦੌਰਾਨ ਜਿੱਥੇ ਸਰਕਾਰ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਮੀਡੀਆ ਨਾਲ ਜੁੜੇ ਲੋਕ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੇ ਨੇ। ਰਾਜਪੁਰਾ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ ਨੇ ਆਪਣੀ ਪਤਨੀ ਸੁਖਵਿੰਦਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਤਕਰੀਬਨ 100 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਚਾਵਲ, ਆਟਾ, ਦਾਲ, ਘੀ ਵੰਡਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਔਖੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਅਤੇ ਆਪਣੇ ਜੀਵਨ ਵਿਚਲੇ ਖੁਸ਼ੀ ਦੇ ਪਲ ਲੋੜਵੰਦਾਂ ਦੀ ਮਦਦ ਕਰਕੇ ਮਨਾਉਣ। ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਦਰਦੀ ਦਾ ਪੂਰਾ ਪਰਿਵਾਰ ਹਾਜ਼ਰ ਸੀ। ਇਨ੍ਹਾਂ ਦੇ ਨਾਲ ਕਮਲਪ੍ਰੀਤ ਕੌਰ, ਬਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸੋਨੀ, ਜਸਵੀਰ ਕੌਰ, ਨਿਸ਼ਾ ਰਾਣੀ, ਮਾਤਾ ਜਸਪਾਲ ਕੌਰ, ਪੰਨਾ ਲਾਲ ਅਤੇ ਹੋਰ ਮਹੱਲਾ ਨਿਵਾਸੀਆਂ ਨੇ ਵੀ ਸਹਿਯੋਗ ਦਿੱਤਾ। ਰਾਸ਼ਨ ਦੀ ਗੱਲ ਇਸਤੇ ਜੀ, ਦੇਸ਼ ਦੇ ਵਿੱਚ ਬੜੀ ਹੀ ਭਿਆਨਕ ਜਿਹੜੀ ਬਿਮਾਰੀ ਕਰੋਨਾ ਵਾਇਰਸ ਆ ਚੁੱਕੀ ਹੈ। ਪੂਰਾ ਸੰਸਾਰ, ਪੂਰਾ ਜਗਤ ਹੀ ਇਸ ਤੋਂ ਪੀੜਤ ਹੋ ਚੁੱਕਾ ਹੈ, ਪਰ ਇਸ ਸਮੇਂ ਕਈ ਜੀਆਂ ਥਾਵਾਂ ਨੇ ਜਿਨ੍ਹਾਂ ਤੱਕ ਨਾ ਰੋਟੀ ਪਹੁੰਚਾਈ ਜਾ ਸਕਦੀ ਹੈ, ਨਾ ਲੰਗਰ ਪਹੁੰਚਾਇਆ ਜਾ ਸਕਦਾ ਹੈ। ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਮੇਰੀ ਧਰਮ ਸਪਤਨੀ ਸਰਦਾਰਨੀ ਸੁਖਵਿੰਦਰ ਕੌਰ ਦਾ ਜਨਮ ਦਿਨ ਵੀ ਸੀਗਾ, ਅਤੇ ਦਿਲ ਵਿੱਚ ਖਿਆਲ ਆਇਆ ਕਿਉਂ ਨਾ ਇਸ ਤਰੀਕੇ ਦੇ ਨਾਲ ਅਸੀਂ ਇਹ ਸੇਵਾ ਕਰ ਸਕੀਏ ਅਤੇ ਲੋੜਵੰਦਾਂ ਤੱਕ ਘਰ ਘਰ ਜਾ ਕੇ ਇਹ ਰਾਸ਼ਨ ਪਹੁੰਚਾਇਆ ਜਾ ਸਕੀਏ। ਇਹ ਰਾਸ਼ਨ ਪਹੁੰਚਾਉਣ ਵਾਲੇ ਅਸੀਂ ਤਾਂ ਕੋਈ ਨਹੀਂ ਹਾਂ, ਉਹ ਪਰਮਾਤਮਾ ਨੇ ਜੋ ਦਿੱਤਾ ਉਸੇ ਦੀਆਂ ਬਖਸ਼ੀਆਂ ਦਾਤਾਂ 'ਚੋਂ ਇਹ ਰਾਸ਼ਨ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸੰਦੇਸ਼ ਇਹੀ ਹੈ ਜੀ, ਗੌਰਮੈਂਟ ਬੜੇ ਸੋਹਣੇ ਤਰੀਕੇ ਨਾਲ ਆਪਣਾ ਚੱਲ ਰਹੀ ਹੈ, ਘਰਾਂ ਵਿੱਚ ਰਹੋ, ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਆਪਣੇ ਘਰਾਂ 'ਚ ਰਹੋ, ਲੋੜਵੰਦ ਦੀਆਂ ਚੀਜ਼ਾਂ ਸਰਕਾਰਾਂ ਵੀ ਘਰਾਂ ਘਰਾਂ 'ਚ ਪਹੁੰਚਾ ਰਹੀਆਂ। ਸਰਕਾਰ ਦਾ ਕਹਿਣਾ ਮੈਨੂੰ, ਕਰੋਨਾ ਬਿਮਾਰੀ ਦਾ ਸਭ ਤੋਂ ਵੱਡਾ ਇਲਾਜ ਤਾਂ ਇਹੀ, ਆਪਣੇ ਘਰਾਂ 'ਚ ਰਹੋ। ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਘਰ ਛੋਟੇ ਬੱਚੇ ਬੈਠੇ ਹੋਏ ਹਨ, ਉਹਨਾਂ ਨੂੰ 5 ਪੌੜੀਆਂ ਦਾ ਪਾਠ ਕਰਨਾ ਚਾਹੀਦਾ ਹੈ। ਜਿਹੜੇ ਵੱਡੇ ਬੱਚੇ ਹਨ, ਉਹਨਾਂ ਨੂੰ ਜਪਜੀਤ ਸਾਹਿਬ ਦਾ ਪਾਠ ਕਰਨਾ ਚਾਹੀਦਾ। ਮੇਰਾ ਜਨਮ ਦਿਨ ਸੀ, ਉਸ ਕਰਕੇ ਇਸ ਉਪਰਾਲਾ ਕੀਤਾ ਗਿਆ ਹੈ। ਇਹ ਸਾਡੇ ਘਰ ਦੇ ਸਾਰੇ ਪਰਿਵਾਰ ਮੈਂਬਰ ਵੱਲੋਂ ਵੀ ਇਹ ਉਪਰਾਲਾ ਕੀਤਾ ਹੈ। ਜਿਹੜਾ ਕਰੋਨਾ ਦੀ ਬਿਮਾਰੀ ਆਈ ਹੈ, ਅਸੀਂ ਜਿਹੜੇ ਗਰੀਬ ਲੋਕਾਂ ਕੋਲ ਭੋਜਨ ਨਹੀਂ ਹੈਗਾ, ਅਸੀਂ ਉਹਨਾਂ ਤੱਕ ਅੰਨ ਦਾ ਦਾਣਾ ਪਹੁੰਚਾਉਣਾ ਚਾਹੁੰਦੇ ਹਾਂ। ਇਹ ਮਹਾਰਾਜ ਵੱਲੋਂ ਸਾਨੂੰ ਹੁਕਮ ਹੋਇਆ, ਚਲੋ ਜੋ ਤਿਲ ਫੁੱਲ ਸਾਡੇ ਕੋਲ ਪੇਟਾ ਹੈਗੀ ਸੀ, ਅਸੀਂ ਆਪਣੇ ਵੱਲੋਂ ਜੋ ਕੀਤਾ ਸੋ। ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ, ਪਰ ਕੁਝ ਥਾਵਾਂ ਤੇ ਲੋਕ ਹਾਲੇ ਵੀ ਇਸ ਦੀ ਪਾਲਣਾ ਕਰਦੇ ਨਜ਼ਰ ਨਹੀਂ ਆ ਰਹੇ। ਤਾਜ਼ਾ ਮਾਮਲਾ ਮਲੇਰਕੋਟਲਾ ਦਾ ਹੈ, ਜਿੱਥੇ ਦੇ ਖੁਸ਼ਹਾਲ ਬਸਤੀ ਮੁਹੱਲਾ ਵਿੱਚ ਪੁਲਿਸ ਅਤੇ ਕੁਝ ਨੌਜਵਾਨਾਂ ਵਿੱਚ ਆਪਸੀ ਤਕਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰਫਿਊ ਦੇ ਬਾਵਜੂਦ ਕੁਝ ਨੌਜਵਾਨ ਕ੍ਰਿਕਟ ਖੇਡ ਰਹੇ ਸਨ, ਜਿਨ੍ਹਾਂ ਨੂੰ ਰੋਕਣ ਦੇ ਲਈ ਪੁਲਿਸ ਦੀ ਟੀਮ ਗਈ, ਪਰ ਨੌਜਵਾਨਾਂ ਨੇ ਉਨ੍ਹਾਂ ਤੇ ਪਥਰਾਅ ਕਰ ਦਿੱਤਾ। ਇਸ ਕਾਰਨ ਪੁਲਿਸ ਮੁਲਾਜ਼ਮਾਂ ਨੇ ਦੌੜ ਕੇ ਆਪਣੀ ਜਾਨ ਬਚਾਈ, ਹਾਲਾਂਕਿ ਬਾਅਦ ਵਿੱਚ ਪੁਲਿਸ ਵੱਲੋਂ ਨੌਜਵਾਨਾਂ ਤੇ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਹੈ, ਇਸ ਦੌਰਾਨ ਲੋਕ ਘਰਾਂ ਵਿੱਚ ਨੇ, ਪਰ ਪੰਜਾਬ ਵਿੱਚ ਕਈ ਥਾਈਂ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਨੇ। ਤਾਜ਼ਾ ਮਾਮਲਾ ਮੋਗਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਠੇਕੇ ਦੇ ਕਰਿੰਦੇ ਨੇ ਅੱਧਾ ਸ਼ਟਰ ਖੋਲ੍ਹ ਕੇ ਸ਼ਰਾਬ ਵੇਚੀ, ਉਹ ਵੀ ਮਹਿੰਗੇ ਪਾ ਤੇ। ਸਾਡੀ ਟੀਮ ਦੇ ਸਟਿੰਗ ਆਪਰੇਸ਼ਨ ਵਿੱਚ ਇਹ ਖੁਲਾਸਾ ਹੋਇਆ, ਜਦ ਕਰਿੰਦੇ ਨੇ 3 ਪੇਟੀਆਂ ਸ਼ਰਾਬ ਸ਼ਰੇਆਮ ਵੇਚੀ। ਹਾਲਾਂਕਿ ਬਾਅਦ ਵਿੱਚ ਮੀਡੀਆ ਦਾ ਪਤਾ ਲੱਗਦਿਆਂ ਹੀ ਜਨਾਬ ਨੇ ਸ਼ਟਰ ਸੁੱਟ ਲਿਆ ਅਤੇ ਕਹਿਣ ਲੱਗਾ ਕਿ ਸ਼ਰਾਬ ਨਹੀਂ ਵਿਕ ਰਹੀ, ਪਰ ਤਦ ਤੱਕ ਉਸਦਾ ਭੇਦ ਖੁੱਲ ਚੁੱਕਾ ਸੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਜੋ ਆ ਗਿਆ, ਧੰਨਵਾਦ ਜੀ।